ਚੱਕਰ ਪੈ ਗਿਆ ਜੀ ਜਿਹੜਾ ਇੱਥੇ ਚੱਲਿਆ ਨੂੰ ਕੈਸ਼ ਦੀ ਲੋੜ ਪਤਾ ਗਲੇ ਖਰਾਬ ਆ ਫਿਰ ਵੀ ਸੋਫਟ ਕਿਤੇ ਘੁੰਮਣ ਫਿਰਨ ਦਾ ਹੈਗਾ ਬਸ ਹੁਣ ਬਸ ਦੇ ਵਲੋਗ ਬਣਾ ਬਣਾ ਆਪਾਂ ਵੀ ਅੱਕ ਗਏ ਹਾਂ ਤੁਸੀਂ ਵੇਵੇ ਬੋਰ ਹੋ ਗਏ ਕਿ ਯਾਰ ਅੜੀ ਕੱਢਣੀ ਸੀ ਕੱਢਤੇ ਗੋਲਡ ਵਾਲੀ ਗਿਆ ਚੱਲ ਪਾਓ ਮੇਰੀ ਸਰੀਰ ਮੈਂ ਤਲਾਉਣਾ ਨਹੀਂ ਇੱਥੇ ਪਾ ਦਿਓ ਦੱਸ ਦਿਓ ਜਿਹੜੀ ਵੀ ਆ ਧੰਨਵਾਦ ਜੀ ਭਾਈ ਧੰਨਵਾਦ ਥੈਂਕ ਯੂ ਵੈਰੀ ਮੱਚ ਆ ਜਾ ਬਰੋ ਕਹਿੰਦੇ ਆ ਕਹਿੰਦੇ ਭਰਾ ਭਰਾ ਕੇ 14-14 ਵਾਲੇ ਜਿੱਥੋਂ ਲੋਕ ਕਹਿ ਰਹੇ 14 ਬਰੋ ਇਹ ਵੀ 14 ਬਰੋ ਚਲੋ ਜੀ ਹੁਣ ਇਹਦਾ ਪਹਿਲਾਂ ਗਾਰਡ ਕਵਰ ਪਾਈਏ ਤੇਰੇ ਹੱਥ 'ਚ ਵੀਰ ਗਾਰਡ ਕਵਰ ਪਾ ਕੇ ਫੜਾਉਣਾ ਤੇਰੇ ਹੱਥ 'ਚ ਨਹੀਂ ਫੜਾਉਣਾ ਉਦੋਂ ਤੱਕ ਆ ਜਾ ਤੂੰ ਇੱਦਾਂ ਹੀ ਛਪਾਈ ਮਾਰਨਾ ਜੀ ਲੋ ਜੀ ਬਾਹਰ ਕਵਰ ਦਾ ਫਰਕ ਹੀ ਥੋੜ੍ਹਾ ਫਾਸਟ ਕੰਮ ਹੋਣ ਡਿਆ ਫੜੋ ਯਾਰ ਚਮਚਾ ਫੜ ਲੋ ਯਾਰ ਜੀ ਮਿੱਤਰੋ ਮਿੱਤਰੋ ਭਾਈ ਡਰ ਗਿਆ ਜੀ ਕਹਿੰਦੇ ਆ ਕਿਹੜੀ ਖਾਣੀ ਫਿਰ ਰੇਟ ਕਿਤੇ ਪੁੱਛ ਗਿਆ ਇਹ ਖਾਣ ਕਿਤੇ ਡੇ ਆ ਸਹੀ ਆ ਦਿ ਨੈਕਸਟ ਡੇ ਤੇਰੇ ਦਿੱਲੀ ਵਾਲੀ ਹੱਟ ਨੇ ਅਮਰੀਕਾ ਭੇਜਤਾ ਪਿੰਡ ਛੱਡਿਆ ਮੈਂ ਕੁੜੀ ਕਰਕੇ ਸੋਨਾ ਲੱਗ ਦੀ ਮਣੀ ਨੀ ਸੋਨਾ ਦੀ ਵਿਆਹੀ ਫੋਰਟਨ ਪਕੜ ਪੁੱਤ ਹਾਂਜੀ ਤੇਰੇ ਮਿੱਤਰ ਕਿਵੇਂ ਆ ਸਾਰੇ ਹੋਪ ਸੋ ਸਾਰੇ ਆਪਣੇ ਘਰ 'ਚ ਵਧੀਆ ਹੋ ਤਾਂ ਵਧੀਆ ਹੋਣੇ ਚਾਹੀਦੇ ਜੇ ਅਤੇ ਬਾਕੀ ਚੈਨਲ ਨੂੰ ਕਰਦੇ ਸਬਸਕ੍ਰਾਈਬ ਵਲੋਗ ਪਤਾ ਨਹੀਂ ਕਿਵੇਂ ਕੀ ਸੋਚ ਕੇ ਸ਼ੁਰੂ ਹੋ ਰਿਹਾ ਵਾ ਬਸ ਸ਼ੁਰੂ ਹੋ ਚੁੱਕਾ ਵਾ ਵਲੋਗ ਦੀ ਸਟਾਰਟਿੰਗ ਤੁਹਾਨੂੰ ਦੱਸ ਦਿੰਦੇ ਹਾਂ ਇੱਧਰ ਭਰਾਵਾਂ ਤੋਂ ਦੋ ਦੋ 14 ਬਰੋ 14 ਬਰੋ ਹੋ ਚੁੱਕੇ ਆ ਜਿੱਥੇ ਵਲੋਗ ਹੋ ਰਿਹਾ ਜਾਂ 14 ਬਰੋ ਆਹ ਚੈੱਕ ਕਰੋ ਅਤੇ ਇੱਧਰ ਵੀ 14 ਬਰੋ ਅੜੀ ਕੱਢਣੀ ਕੱਢਤੇ ਗੋਲਡ ਵਾਲੀ ਗਿਆ ਪਹਿਲਾਂ 13 ਬਰੋ ਗੋਲਡ ਦੀ ਕੱਢਣੀ ਸੀ ਉਹ ਮਿਲਿਆ ਨਹੀਂ ਤਾਂ ਆਪਾਂ ਕਿਹਾ ਚਲੋ 14 ਬਰੋ ਦੀ ਕੱਢ ਦਾਂਗੇ ਗੋਲਡ ਵਾਲੀ ਇਹ ਮਤਲਬ 128 GB ਅਤੇ ਆਪਣਾ 256 GB ਅਤੇ ਬਾਕੀ ਦੋਵੇਂ ਸੇਮ ਤੁਹਾਨੂੰ ਦਿਖਾਉਂਦੇ ਦੂਜੇ ਫੋਨ ਦਾ ਵਲੋਗ ਕਰਕੇ ਅਤੇ ਬਾਕੀ ਮਿੱਤਰੋ ਇਹ ਸ਼ਾਇਦ ਇਸ ਵਲੋਗ ਤੋਂ ਬਾਅਦ ਹੀ ਨਾ ਜਿਹੜਾ ਅਗਲਾ ਵਲੋਗ ਹੋਏਗਾ ਮਿੱਤਰੋ ਕਿਤੇ ਘੁੰਮਣ ਫਿਰਨ ਦਾ ਹੈਗਾ ਬਸ ਹੁਣ ਅੰਬਰਸਰ ਦੇ ਵਲੋਗ ਬਣਾ ਬਣਾ ਆਪਾਂ ਵੀ ਅੱਕ ਗਏ ਤੁਸੀਂ ਵੇਵੇ ਬੋਰ ਹੋ ਗਏ ਕਿ ਯਾਰ ਬਸ ਕਰੋ ਕਿੰਨੇ ਕੁ ਹੋਰ ਅੰਬਰਸਰ ਦੇ ਵਲੋਗ ਘਸਾਉਣੇ ਜੇ ਪਰ ਨਹੀਂ ਮਿੱਤਰੋ ਨੂੰ ਬਸ ਹੋ ਚੁੱਕੀ ਆ ਅੱਜ ਦੇ ਵਲੋਗ 'ਚ ਬਸ ਨਾ ਥੋੜ੍ਹਾ ਬਹੁਤ ਸਮਾਨ ਸਮੂਹ ਇਕੱਠਾ ਕਰਾਂਗੇ ਤਿਆਰੀ ਤੁਰੀ ਕਰਾਂਗੇ ਮਤਲਬ ਕਿ ਉਵੇਂ ਤਾਂ ਬਸ ਚੱਲ ਜਾਣਾ ਛੇਤੀ ਪਰ ਇੱਕ ਮੇਰੇ ਲੋਕੇ ਦਾ ਬਰਥਡੇ ਆ ਗਿਆ ਇੱਕ ਮੰਡੇ ਯਾਰਾਂ ਦਾ ਬਰਥਡੇ ਆ ਗਿਆ ਮੰਗਲਵਾਰ ਯਾਰਾਂ ਦੇ ਪਾਪਾ ਦਾ ਬਰਥਡੇ ਆ ਗਿਆ ਫਿਰ ਆਪਾਂ ਬੁੱਧਵਾਰ ਜਾਵਾਂਗੇ ਬਰਥਡੇ ਵੱਡਿਆਂ ਦਾ ਆਂਸਰ ਆ ਗਿਆ ਸੋ ਤਾਂ ਕਰਕੇ ਕੰਮ ਪੈਂਡਿੰਗ ਪੈ ਗਿਆ ਨਹੀਂ ਤਾਂ ਆਪਾਂ ਅੱਜ ਸ਼ੁੱਕਰਵਾਰ ਹਾਂ ਨਹੀਂ ਤਾਂ ਅੱਜ ਸ਼ੁੱਕਰਵਾਰ ਆ ਅਤੇ ਆਪਾਂ ਨਿਕਲ ਜਾਣਾ ਸੀ ਜਾਂ ਸ਼ਨੀਵਾਰ ਅਤੇ ਜਾਂ ਸੋਮਵਾਰ ਬਟ ਹੁਣ ਆਪਾਂ ਜਾਵਾਂਗੇ ਬੁੱਧਵਾਰ ਅਤੇ ਹੁਣ ਉਨੇ ਦਿਨ ਬਸ ਸਮਾਨ ਸਮੂਹ ਇਕੱਠਾ ਕਰਦੇ ਹਾਂ ਤਿਆਰੀ ਤੁਰੀ ਕਰਦੇ ਹਾਂ ਹਿਸਾਬ ਤਾਬ ਲਾਉਂਦੇ ਹਾਂ ਕਿੰਨੇ ਕਿੰਨੇ ਜਾਣਾ ਅਤੇ ਕਿੱਥੇ ਜਾਣਾ ਵਾ ਬਸ ਦੇ ਅਗਲੇ ਉਹਨਾਂ ਦੇ ਵਲੋਗ ਦੇਖ ਕੇ ਕਿਵੇਂ ਕੀ ਬਣਦੇ ਆ ਜਾਵਾਂਗੇ ਕਿ ਨਹੀਂ ਜਾਵਾਂਗੇ ਇਸ ਟਾਈਮ GND ਆਏ ਹਾਂ ਬਸ ਇੱਦਾਂ ਹੀ ਫਿਰ ਪਾਓ ਪਾਓ ਕਵਰ ਪਾਓ ਭਾਜੀ
ਰਿਚੀਗੜ੍ਹ ਸਾਲੀ ਲੈਟ ਨਾ ਜਾ ਬਾਰੋ ਫੋਨ ਲੈਣ ਆਏ ਹਾਂ ਫੋਨ ਲਿਆ ਜੇ ਨੋਟ ਕਿਹੜਾ ਵਾ 13 5G ਤੇ ਭਾਈ ਨੇ ਦਸ ਨੂੰ ਦਿੱਤਾ ਲਫਾਫਾ ਇਮੈਜਿਨ ਦਾ ਕਹਿੰਦੇ ਫੀਲ ਪੂਰੀ ਨਹੀਂ ਫੀਲ ਤੁਹਾਡੀ ਜੇਬਾਂ ਚ ਪਈ ਜੇਬਾਂ ਚ ਡੱਬਾ ਹੀ ਫੋਨ ਦਾ ਦੂਜਾ ਵਾ ਲਫਾਫਾ ਭਾਈ ਨੇ ਇਹਦੇ ਜਿੰਨਾ ਲਾਇਆ ਨਾ ਚਲੋ ਬਾਕੀ ਗੱਲਾਂ ਬਾਤਾਂ ਸਮਝਿਆ ਕਰੋ ਫਿਰ ਵਿਚਲੀਆਂ ਗੱਲਾਂ ਤੇ ਇੱਧਰ ਮੀਂਹੋਂ ਮੀਂਹ ਕੰਮ ਹੋਇਆ ਵਿਆ ਵਾ ਛੋਟੇ ਭਰਾ ਲਈ ਲੈਣਾ ਆ ਫੋਨ ਵੀ ਦੱਸ ਦਿੱਤਾ ਜਾਵੇ ਭਰਾਵੋ ਫੋਨ ਦੀ ਖੁਸ਼ੀ ਦੇ ਵਿੱਚ ਪਾਲਟੀ ਹੋਣ ਜਾ ਰਹੀ ਹੈ ਮੈਕਡੋਨਲਡ ਮਾੜਾ ਮੋਟਾ ਕੋਨਾ ਕੋਲ ਦੇਖ ਦੇਣ ਬੰਦਾ ਹਾਲ ਸੱਚੀ ਆ ਲੈ ਬੋਲੇ ਹਾਂ ਬਾਈ ਮਾਮਾ ਬੂਟ ਤੇ ਫੇਰ ਲਿਬੜ ਜਾਣੇ ਜਿੱਦਾਂ ਮੀਂਹ ਪੈਣ ਡਿਆ ਹੈ ਅੰਦਰ ਹੋ ਗਏ ਉਹਨੇ ਦਿੰਦੇ ਫਿਰ ਰੋਜਾ ਹਾਂ ਹਾਂ ਪੱਕਾ ਓਏ ਮਾਮਾ ਮੈਡਮ ਪਛਾਣ ਗਈ ਤਾਂ ਮੈਂ ਲੈਣ ਗਿਆ ਉਹਨਾਂ ਨੇ ਇੱਥੇ ਫੜਾਉਣਾ ਸੀ ਹੋਰ ਪਛਾਣ ਗਏ ਆਪਾਂ ਠੀਕ ਹੈ ਯਾਰ ਇੱਕ ਦੀ ਬੜੀ ਨੋਇਸ ਹੀ ਆਉਣੀ ਵਿੱਚ ਬੰਦ ਹੋ ਛੇਤੀ ਜਾਂ ਮੋਟਿਆ ਜੈਸ਼ੀ ਹੋਣੀ ਇੱਥੇ ਹੋਣੀ ਗਲੇ ਖਰਾਬ ਆ ਫਿਰ ਵੀ ਸੋਫਟ ਚੱਲਣੀ ਆ ਯਾਰ ਹਵਾ ਬੜੀ ਤੇਜ਼ ਗੁੱਡੀ ਨਾ ਟਾਈ ਜੀ ਕਰਦੇ ਘਰ ਜਾ ਕੇ ਆਹੋ ਕਿਹੜੀ ਆਪਣੀ ਰਾਜ ਸੁੰਦਰਾ ਆਹ ਵਾ ਘੁੰਮਦੇ ਘੁੰਮਦੇ ਨੇ ਕਹਿੰਦੇ ਕੁਛ ਖਾਧਾ ਪੀਤਾ ਜਾਵੇ ਸਨੈਕਸ ਸਨੈਕਸ ਦਿਲ ਬਣ ਗਿਆ ਨਾ ਤੇਰੇ ਲਈ ਮੈਡਮ ਵੱਲੋਂ ਘੱਟੋ ਘੱਟ ਕਿੰਨੇ 15-20 ਮਿੰਟ ਹੋ ਗਏ ਆਉਣ ਹੀ ਡਿਆ 3:50 ਹੋ ਗਿਆ ਆਪਾਂ ਕਦੋਂ ਦੇ ਆਏ ਹੋਣੇ ਤੁਹਾਨੂੰ ਲੱਗਦਾ ਵਾਹ ਚਿਰ ਦੇ ਆਏ ਆ ਮੁੰਡੇ ਪੀ ਜਾ ਗਏ ਵੈਰੀ ਵੈਰੀ ਵੈਲਕਮ ਅੱਛਾ ਭੁੱਲ ਗਏ ਇਹ ਲੈ ਚੱਲ ਮਾਮਾ ਖਾਈਏ ਆਹੋ ਆਪਾਂ ਤੇ ਖੇਡਣ ਲੱਗ ਪਏ ਪੀਜਣਾ ਭਾਈ ਕਿੰਨਾ ਖਾਈਏ ਦੱਸਿਓ ਚੱਲ ਆ ਚੱਲ ਆ ਰੋਜਾ ਕਿੱਥੇ ਆ ਡਬਲ ਐਕਸ ਵਾਲੀ ਆਹੋ ਪਰ ਜਿੱਦਾਂ ਮੈਂ ਇੱਕ ਸਾਈਜ਼ ਵੱਡਾ ਹੁੰਦਾ ਨਾ ਆਹੋ ਜੀ ਉਹ ਓਰੀਜਨਲ ਐਕਸ ਪਰ ਇੱਥੇ ਤਾਂ ਨਹੀਂ ਆਇਆ ਨਾ ਮੁੱਕਦੀ ਗੱਲ ਇੱਥੇ ਤਾਂ ਟ੍ਰਿਪਲ ਹੀ ਹੋਣਾ ਤੈਨੂੰ ਹੁਣ ਓਰੀਜਨਲ ਦਾ ਤੇ ਐਕਸ ਹੁਣ ਆ ਜਿਹੜਾ ਤੁਹਾਨੂੰ ਆ ਓਰੇਂਜ ਟੀ-ਸ਼ਰਟ ਖੋਲੀ ਆ ਟ੍ਰਿਪਲ ਕੰਮ ਕਰਦਾ ਬ్రో ਆਹੋ ਆ ਟ੍ਰਿਪਲ ਲੱਗਣ ਆ ਹੋਣਾ ਤੈਨੂੰ ਵੈਸੇ ਉਹ ਜਾ ਪਰ ਇਹਦਾ ਐਲ ਸਾਈਜ਼ ਹੀ ਐਕਸਲ ਵਰਗਾ ਭਾਜੀ ਇਹਦੇ 135,000 ਸਬਸਕ੍ਰਾਈਬ ਇਹਨੂੰ ਬੰਦ ਕਰਾਓ ਇਹਦਾ ਕੈਮਰਾ ਤੇ ਯੂਟਿਊਬ ਤੇ ਐ ਗੁਰੂਆ ਮੋਟੇ ਬਹੁਤ ਹੀ ਸੋਹਣੇ ਲੱਗਣ ਡਿਆ ਬਾਈ ਲੈਟਾਂ ਕਿਹੜੀਆਂ ਲਵਾਈਆਂ ਨੇ ਬਾਬਾ ਜੀ ਤਗੜੀਆਂ ਹੀ ਲੱਗਦਾ ਮੈਨੂੰ
ਉਹ ਸਾਰਾ ਵਾਈਟ ਵਾਈਟ ਜਿਹਾ ਨਾ ਬੈਕਗ੍ਰਾਉਂਡ ਤਾਂ ਕਰਕੇ ਤੇ ਨਾ ਮੈਂ ਤਦੇ ਨਹੀਂ ਹੁੰਨਾ ਮੈਂ ਇਦਾਂ ਹੀ ਪੋਣਾ ਹੀ ਵੇਲੀ ਫਿਰ ਵੇਲਾ ਫਿਰ ਮੇਰੇ ਕੱਪੜੇ ਚੇਂਜ ਕਰ ਚਾ ਛੇਤੀ ਆ ਦੀ ਨੈਕਸਟ ਡੇ ਕੈਮਰਾ ਕਿਦਾਂ ਦਾ ਆਂਡਿਆ ਵਾ ਬਿੱਕ ਯਾਰ ਬਿੱਕੀ ਸਾਡਾ ਵਿਚਾਰਾ ਨਾ ਬਿੱਕੀ ਦਾ ਕਰ ਬਿੱਕੀ ਤੇਰੇ ਮੂੰਹ ਗਰੀ ਕਿੱਥੇ ਆ ਓਏ ਭਈਆ ਤੋਤਾ ਦੇਖ ਲਿਓ ਮਿੱਠਾ ਕਿਤੇ ਖਾਣ ਜਾਣਾ ਬਿਕਾਨੇਰ ਬਿਕਾਨੇਰ ਨਪ ਕੇ ਰੱਖ ਨੱਪੀ ਜਾ ਵਿਊ ਚੱਕਰ ਮੈਂ ਖਰਾਬ ਨਾ ਹੋ ਜਾਏ ਗੁਰੂ ਆ ਟੀਕਾ ਲੱਗਣ ਲੱਗਾ ਜਾ ਮੈਨੂੰ ਟੀਕਾ ਧੋਣ ਲੱਗੀ ਅੱਜ ਹਾਈ ਹਾਈ ਓਏ ਹਾਊ ਤੀਜਾ ਟੀਕਾ ਨਾ ਇਹਦਾ ਓਏ ਮਤਲਬ ਟੀਕਾ ਲਵਾ ਗਿਆ ਅਤੇ ਫਿਰ ਇੱਕ ਅੱਧੇ ਕੋਈ ਕੱਪੜੇ ਕੁੱਪੜੇ ਵੇਖਣੇ ਆ ਪੱਗ ਪੁੱਗ ਵੇਖਣੀ ਆ ਫਿਰ ਆਪਾਂ ਦਰਬਾਰ ਸਾਹਿਬ ਮੱਥਾ ਟੇਕਣਾ ਵਾ ਫਿਰ ਨਿਗਾ ਮੋਟਾ ਹੋਰ ਕੰਮ ਮਤਲਬ ਇੱਦਾਂ ਕਾਫੀ ਕੰਮ ਆ ਫਿਰ ਅਰਲੀ ਮੋਰਨਿੰਗ ਵਾਲਾ ਆਪਾਂ ਨਿਕਲ ਜਾਣਾ ਵਾ ਇੱਥੇ ਜਾਣਾ ਮੰਮਾ ਨੇ ਚੂਮ ਨਹੀਂ ਕੀਤਾ ਚੂਮ ਕਿੰਨਾ ਕਰਨਾ ਲਿਆ ਕਰਾ ਦੇ ਮੇਲ ਮਿਲਾਪ ਸੱਜਣ ਆ ਗਏ ਥੱਲੇ ਰੱਖਾਂ ਥੱਲੇ ਰੱਖੀ ਦੇ ਹੁਣ ਵੇਖੀਏ ਕੁੱਕੜ ਵਿੰਦੀ ਇਹ ਚੱਕਰ ਪੈ ਗਿਆ ਜੀ ਇਹ ਕੀ ਚੱਕਰ ਪੈ ਗਿਆ ਜੀ ਉਹ ਭਾਈਦਾ ਹੀ ਚੱਕ ਚੁੱਕ ਉਹ ਵੇਖਦੀ ਵੀ ਕੀ ਕੀਤਾ ਜਾਵੇ ਉਹ ਡਰਦਾ ਜੀ ਬਹਿ ਗਏ ਸਾਈਡ ਤੋਂ ਗਏ ਲੈ ਕਰਦੇ ਕਰਦੇ ਮੇਲ ਮਿਲਾਪ ਜਾ ਉਹ ਡਰਦਾ ਹੀ ਅਜੇ ਨਿੱਕਾ ਨਾ ਵਾ ਹੋਰ ਵੀਰ ਜੀ ਕੀ ਹਾਲ ਜੇ ਕੈਮ ਜੇ ਕਿੱਥੋਂ ਆਏ ਕਿਹੜੀ ਕਿਹੜੀ ਕਲਾਸ ਚ ਪੜ੍ਹਦੇ ਨਾਮ ਕੀ ਨਾਮ ਨਾਮ ਵੰਸ਼ ਠੀਕ ਆ ਯਾਰ ਵੀਰ ਘਰ ਦੇ ਬਾਰੇ ਮਿਲਣੇ ਤੇ ਕਹਿੰਦੇ ਵਲੋਗ ਲੈ ਲਓ ਲੈ ਲਿਆ ਜੀ ਹੋਰ ਕਿਸੇ ਵਾ ਵੇ ਕੋਈ ਖਾਣਾ ਪੀਣਾ ਵੇ ਹਾਂਜੀ ਸਕਿਪ ਕਰ ਦਿਓ ਡੈਮਿੰਡ ਗਿਫਟ ਉਹ ਕਹਿੰਦਾ ਫ੍ਰੀ ਫਾਇਰ ਖੇਡਦੇ ਨੀ ਅਸੀਂ ਫ੍ਰੀ ਫਾਇਰ ਨਹੀਂ ਖੇਡਦੇ ਜਿਹੜਾ ਖੇਡਦਾ ਉਹ ਕਰ ਦੂਗਾ ਉਹ ਨਹੀਂ ਧੰਨਵਾਦ ਤੁਹਾਡਾ ਜੀ ਤੁਹਾਡੇ ਵੀਡੀਓ ਵਲੌਗ ਵੇਖਦੇ ਜੇ ਪਿਆਰ ਦਿੰਦੇ ਜੇ ਠੀਕ ਆ ਓਕੇ ਜੀ ਧੰਨਵਾਦ ਧੰਨਵਾਦ ਜੀ ਚਲੋ ਠੀਕ ਆ ਮਿਲਦੇ ਹਾਂ ਓਕੇ ਠੀਕ ਆ ਚੰਗਾ ਵੀਰ ਜੀ ਉਹਨਾਂ ਨਾਲ ਕੰਮ ਆ ਗਿਆ ਥੋੜ੍ਹਾ ਛੇਤੀ ਆਉਣਾ ਚੰਗਾ ਭਾਅ ਜੀ ਚਲੋ ਓਏ ਚੱਲੀ ਤਾਂ ਆ ਗਿਆ ਪੈਂਟ ਲੈਣੀ ਮਤਲਬ 13-15 ਚਲੋ ਛੱਡੋ ਜੋ ਹੁਣ ਗੱਲ ਚਲੋ ਚੱਲੀ ਹੁਣ ਪੈਂਟ ਲੈਣੀ ਇੱਕ ਲੰਦੀ ਆ ਤੇ ਹੁਣ ਬਾਕੀ ਹੁਣ ਇੱਕ ਪੱਗ ਵੇਖਣੀ ਦੁਕਾਨਾਂ ਬੰਦ ਜੇ ਮਿੰਟ ਮਿੰਟ ਜਦੋਂ ਪੱਗ ਲੈਣੀ ਵੀ ਲਾਈਟ ਵਿੰਗ ਵੇਖੀ ਇਹਨਾਂ ਕਲਰ ਕਿਹੜਾ ਕੈਮਰਾ ਕਿਹੜਾ ਸੀ ਲੱਗਣ ਡੇ ਪਿਆ ਜਿਹੜੀ ਕੈਮਰੇ ਪਾ ਲੱਗਦੇ ਹੋ ਕਾਹ ਕਲਰ ਜਾਣਾ ਆਹ ਪਿੰਕ ਵਾਲੇ ਦੀ ਆਹ ਠੀਕ ਯਾਰ ਕੁਸਤੀ ਲੈਣੀ ਆ ਆਹ ਉਹ ਜ਼ਿਆਦਾ ਲਾਈਟ ਹੁਣ ਉਹਦੇ ਸਾਹਮਣੇ ਜ਼ਿਆਦਾ ਲਾਈਟ ਲੱਗਣ ਡਿਆ ਜੀ ਯਾਰ ਕਲਰ ਇਹ 7 ਮੀਟਰ ਲਾ ਦਿਓ 7 ਤੋਂ ਇੰਨਾ ਵੱਧ ਬਸ ਇੰਚ ਪੱਗੋ ਪੱਗੀ ਹੋਣ ਡਿਆ ਜੀ ਸਹੀ ਲੱਗੂਗਾ ਉਹ ਪੈਂਟ ਨਾ ਹਰੇ ਰੰਗ ਦੀ ਫੇਰੀ
ਹਾਏ ਆਪਾਂ ਦੱਸਣਾ ਨਹੀਂ ਆਪਾਂ ਚੱਲੇ ਕਿੱਥੇ ਆ ਮੇਰੇ ਵੀਰ ਆਪਣਾ ਪਾ ਜਾਣਾ ਦਰਬਾਰ ਸਾਹਿਬ ਮੱਥਾ ਟੇਕ ਦਰਬਾਰ ਸਲਾਈ ਕਰਾਉਣੀ ਪੱਗ ਸਲਾਈ ਕਰਾਉਣਾ ਭਾਜੀ ਉਹਨੂੰ ਬੁਲਾਈ ਯਾਰ ਅੰਦਰ ਪੱਗ ਲਾਈ ਹੋਈ ਹੈ ਸਾਈਡ ਤੇ ਲਾ ਰਿਹਾ ਲੋ ਯਾਰ ਮਿੱਤਰ ਦੇਖਿਆ ਉਹ ਜਦੋਂ ਭੱਜੋ ਭਜੇ ਜੇ ਕੰਮ ਕਰੀ ਨਾ ਕੰਮ ਨਹੀਂ ਹੁੰਦੇ ਹੁਣ ਇੱਥੇ ਫਿਰ ਇੱਕ ਹਾਲ ਯਾਰ ਕੰਮ ਆਇਆ ਦਰਬਾਰ ਸਾਹਿਬ ਆਉਂਦੇ ਪਹਿਲਾਂ ਤੇ ਦੁਕਾਨ ਬੰਦ ਜੇ ਭਾਜੀ ਬਿਗ ਬੈਨ ਕਿਤੇ ਹੈ ਮਾਊਂਟ ਹੀ ਲਿਖਿਆ ਸੀ ਨਾ ਫੜਿਆ ਹੋਣਗੇ ਟੈਂਪਰੇਰੀ ਅਨਅਵੇਲੇਬਲ ਟੂ ਪ੍ਰੋਸੈਸ ਟ੍ਰਾਂਜੈਕਸ਼ਨ ਯਾਰ ਇਗਜ਼ਾਮ ਗਿਰਾ ਦੇ ਮਾ ਦਾਤ ਦੇ ਦਰ ਗਿਆ ਕਾਰਡ ਕੱਢਣਾ ਕਾਰਡ ਪਹਿਲਾਂ ਨਹੀਂ ਮਿਲ ਜਾਂਦਾ ਉਹਨਾਂ ਨੇ ਕਿਹਾ ਕੱਢਣ ਦਾ ਆ ਮਿਲਣਾ ਅੰਕਲ ਨੂੰ ਬਾਈ ਮਾਰੀ ਫਿਰ ਇਹ ਸਾਡੇ ਨਾਲ ਪਿੱਛੇ ਵਿੱਚ ਚੱਲਣੀ ਡੈਬੀ ਜਿਹੜਾ ਪਤਾ ਨਹੀਂ ਕਿਵੇਂ ਤਾਰ ਨਹੀਂ ਗਿਆ ਗਾਂਧੀ ਦੀ ਫੋਟੋ ਨਹੀਂ ਆਉਂਦੀ ਕੱਲ ਬੱਲੇ ਜਾਣ ਵਾਸਤੇ ਕਢਾਇਆ ਕੱਲ 50000 ਲਿਖੇ ਤੇ ਉਹ ਵਾਲੇ ਕਿੰਨੇ ਸਾਡੇ ਨਾਲ ਨਾ ਮਿੱਤਰ ਏਟੀਐਮ ਕਾਰਡ ਦਾ ਪੱਕਾ ਹੀ ਸਕੈਮ ਜੇ ਦਰਬਾਰ ਸਾਹਿਬ ਆਇਆ ਯਾਰ ਪਿੱਛੇ ਨਾ ਕੋਈ ਏਟੀਐਮ ਕਾਰਡ ਲੱਭਿਆ ਇੱਥੇ ਲੱਭਾ ਪਾ ਜਿੱਥੇ ਪੈਸੇ ਕਢਾ ਲਈਏ ਪੈਸੇ ਕਢਾਉਣ ਲੱਗੇ ਆਪਣਾ 6000 ਰੁਪਇਆ ਕਢਾਇਆ ਤੇ ਪੈਸੇ ਆਏ ਨਹੀਂ ਮੈਸੇਜ ਆ ਗਿਆ ਕਿੱਟੇ ਗਏ ਬੜੀਆ ਇੱਦਾਂ ਹੁੰਦਾ ਯਾਰ ਚਲੋ ਬਟ ਫਿਰ ਜੋ ਯਾਰ ਕਢਾ ਲਿਆ ਹੁਣ ਆਪਾਂ ਗੁਰੂ ਘਰ ਮੱਥਾ ਟੇਕੀ ਦਰਸ਼ਨ ਮਿਲ ਗਏ ਦਰਬਾਰ ਸਾਹਿਬ ਫਿਰ ਤੋਂ ਆਪਾਂ ਚੱਲਦੇ ਹਾਂ ਘਰ ਨੂੰ ਇਹ ਭਾਉ ਨਹੀਂ ਗਿਆ ਓ ਵਾਹ ਉਹਨੂੰ ਮੁੰਡੇ 'ਚ ਇੰਟਰਸਟ ਹੋਣਾ ਥੋੜ੍ਹਾ ਟਾਈਮ ਹੋ ਗਿਆ ਇੱਧਰ ਕਿੰਨਾ ਗਾ ਫੋਕਸ ਹੋ ਗਿਆ 10:23 ਹੋ ਗਈ ਜਸਟ ਹੁਣੇ ਘਰ ਆਏ ਜੇ ਅਤੇ ਬਸ ਹੁਣ ਯਾਰ ਬੈਗ ਪੈਕ ਕਰਨਾ ਵਾ ਮਤਲਬ ਕਿ ਲਾ ਲਓ 10:30 ਹੋ ਗਿਆ ਨਹਾ ਧੋ ਕੇ ਫਰੈਸ਼ ਹੋਣਾ ਵਾ 12 ਵੱਜ ਜਾਣੇ ਆ ਜਿਹੜਾ ਵਲੋਗ ਬਣਾ ਰਿਹਾ ਐਡਿਟ ਕਰਕੇ ਕੱਲ੍ਹ ਹੀ ਅਰਲੀ ਅਪਲੋਡ ਕਰਾਂਗੇ 16 ਦੇਖ ਲਓ ਵਲੋਗ ਬਣ ਰਿਹਾ ਜੇ 16 ਤਰੀਕ ਨੂੰ ਵਲੋਗ ਬਣ ਰਿਹਾ ਵਾ ਅਤੇ ਆਹ ਕੱਲ੍ਹ 17 ਮਾਰੇਗਾ ਕੱਲ੍ਹ ਅਰਲੀ ਮੋਰਨਿੰਗ ਨਿਕਲਣਾ ਵਾ ਯਾਰ ਉਹਨਾਂ ਨੇ ਮਤਲਬ ਕਿ 5-6 ਵਜੇ ਲਾ ਲਓ ਕਿੱਥੇ ਚੱਲੇ ਹਾਂ ਕਿੰਨੇ ਦਿਨਾਂ 'ਚ ਚੱਲੇ ਹਾਂ ਕੌਣ ਕੌਣ ਚੱਲਿਆ ਵਾ ਤੁਹਾਨੂੰ ਆਉਣ ਵਲੋਗ ਸਭ ਕੁਝ ਪਤਾ ਲੱਗੇਗਾ ਬਸ ਮੈਂ ਬੈਗ ਪੈਕ ਕਰਦਾ ਵਾਂ ਅਤੇ ਬਾਕੀ ਨਿਗਾਹ ਮੋਟਾ ਸਮਾਨ ਇਕੱਠਾ ਕਰ ਰਿਹਾ ਹਾਂ ਇੱਕ ਟਿਸ਼ੂ ਲਿਆਂਦਾ ਰੇ ਨਿਗਰ ਆਹ 15 ਬਸ ਇਹ ਸਾਲ ਵਾਲੀ ਚੀਜ਼ਾਂ ਦਾ ਕਿੱਥੇ ਚੱਲਦੇ ਹਾਂ ਸੋ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ ਬਸ ਇਸ ਵੀਡੀਓ 'ਚ ਬਸ ਭੱਜੀ ਵਜਾਈ ਲੱਗੀ ਰਹੀ ਹੈ ਹਜੇ ਵੀ ਬੜੀਆਂ ਚੀਜ਼ਾਂ ਰਹਿ ਗਈਆਂ ਯਾਰ ਕੀ ਰਹਿ ਗਿਆ ਵਾ ਕਾਫੀ ਕੁਛ ਰਹਿ ਗਿਆ ਅਗਲੇ ਲੋਕ ਦੱਸਾਂਗੇ ਸੋ ਬਸ ਹੁਣ ਤਾਂ ਜਲਦੀ ਜਲਦੀ ਜੋ ਕਰਨਾ ਕਰੀਏ ਸੀ ਯੂ ਸੂਨ ਅੰਦਰ ਵੀਡੀਓ ਵਲੌਗ ਬਾਏ ਬਾਏ